ਸਕੂਲ 'ਚ ਜਾਂਦੇ ਟੀਚਰ ਦਾ ਛਾਤੀ 'ਚ ਚਾਕੂ ਮਾਰ ਕੀਤਾ ਕਤਲ, ਸੜਕ ਤੇ ਹੀ ਲਾਸ਼ ਸੁੱਟ, ਹਮਲਾਵਰ ਹੋਏ ਫਰਾਰ। ਦੱਸ ਦੇ ਕਿ ਇੱਕ ਟੀਚਰ ਜੋ ਕਿ ਸਕੂਲ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਕੁਝ ਹਮਲਾਵਰ ਇਸ ਨੂੰ ਘੇਰ ਲੈਂਦੇ ਨੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਤੇ ਹਮਲਾ ਕਰ ਦਿੰਦੇ ਨੇ ਤੇ ਮੌਤ ਦੇ ਘਾਟ ਉਤਾਰ ਦਿੰਦੇ ਨੇ, ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਅਤੇ ਉਸਦੀ ਖੂਨ ਨਾਲ ਲੱਥਪੱਥ ਲਾਸ਼ ਉੱਥੇ ਹੀ ਪਈ ਰਹਿੰਦੀ ਹੈ, ਜਿਸ ਨੂੰ ਵੇਖ ਕੇ ਕਈ ਲੋਕ ਵੀ ਇਕੱਠੇ ਹੋ ਜਾਂਦੇ ਨੇ। ਤਾਂ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਪਰ ਇਹ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ। ਤਾਂ ਦੱਸ ਦਈਏ ਕਿ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਛਾਤੀ 'ਚ ਚਾਕੂ ਮਾਰ ਇੱਕ ਟੀਚਰ ਜਿਸਦਾ ਨਾਮ ਸਾਹਿਬ ਸਿੰਘ ਦੱਸਿਆ ਜਾ ਰਿਹਾ, ਉਸਦਾ ਕਤਲ ਕਰ ਦਿੱਤਾ ਜਾਂਦਾ ਤਾਂ ਖੂਨ ਨਾਲ ਲੱਥਪੱਥ ਉਸਦੀ ਲਾਸ਼ ਸੜਕ 'ਤੇ ਪਈ ਹੁੰਦੀ ਹੈ। ਤਾਂ ਦੱਸ ਦਈਏ ਕਿ ਇਸਦੀ ਉਮਰ 39 ਸਾਲ ਹੈ, ਜੋ ਕਿ ਇੱਕ ਸਕੂਲ ਦੇ ਵਿੱਚ ਟੀਚਰ ਹੈ ਅਤੇ ਆਪਣੇ ਸਕੂਲ ਦੇ ਸਮੇਂ ਦੇ ਉੱਤੇ ਇਹ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਇਸ ਨੂੰ ਹਮਲਾਵਰ ਘੇਰ ਲੈਂਦੇ ਨੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇਸਦਾ ਕਤਲ ਕਰ ਦਿੰਦੇ ਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਆ। ਸੂਚਨਾ ਮਿਲਣ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਤਾਂ ਦੱਸਦੇ ਕਿ ਪੁਲਿਸ ਹੁਣ ਇਸ ਸੰਬੰਧੀ ਜਾਂਚ ਕਰ ਰਹੀ ਹੈ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਲ ਗਿਆ ਜੀ ਸਵੇਰੇ, ਮਤਲਬ 7:30 ਰਾਹ ਸਾਨੂੰ, ਮਤਲਬ ਕਿ 8:33 ਕਿਤੇ ਪਤਾ ਲੱਗਦਾ ਵੀ ਮਤਲਬ ਕਿ ਵੀ ਉਹਦਾ ਐਕਸੀਡੈਂਟ ਹੋ ਗਿਆ। ਅਸੀਂ ਕਿਹਾ ਚੱਲ ਐਕਸੀਡੈਂਟ ਹੈ, ਕੋਈ ਨਹੀਂ ਜਾਣਦੇ ਹਾਂ, ਦੇਖਦੇ ਹਾਂ। ਜੇ ਅਗਾਂਹ ਆ ਕੇ ਪਤਾ ਲੱਗਿਆ ਭਾਈ ਉਹ ਇਹ ਤਾਂ ਹੋਇਆ ਕਿ ਡੈਥ ਕਿੱਥੇ ਚੱਲੇ ਸੀਗੇ ਜੀ, ਕਿੱਥੇ ਪੜ੍ਹਾਉਂਦੇ ਸੀਗੇ? ਉਹ ਵਿਦੇਸ਼ੇ ਪੜ੍ਹਾਉਂਦਾ ਸੀਗਾ ਜੀ। ਕਿੰਨੀ ਉਮਰ ਕਿੰਨੀ ਸੀ? ਉਮਰ ਹੈਗੀ 38 ਸਾਲ। ਤੁਹਾਡੇ ਕੀ ਲੱਗਦੇ ਸੀਗੇ? ਮੇਰਾ ਬੇਟਾ ਸੀ। ਕੋਈ ਨਿੱਜੀ ਰੰਜਸ ਲੱਗ? ਨਾ ਕੋਈ ਰੰਜਸ ਨਾ, ਸਾਡੀ ਕਿਸੇ ਨਾਲ ਰੰਜਸ। ਪਰਿਵਾਰ ਦੇ ਵਿੱਚ ਕੌਣ ਕੌਣ ਨੇ ਇਹਨਾਂ ਦੇ? ਇਹ ਸਾਡਾ ਇਕੱਠਾ ਹੀ ਆ ਜੀ, ਇਕੱਠੇ ਹੀ ਰਹਿੰਦੇ। ਉਹਦੀ ਮੰਮੀ ਆ, ਮੈਂ ਆ ਅਤੇ ਇੱਕ ਮੇਰਾ ਬੇਟਾ, ਨੂੰਹ ਆ ਮੇਰੀ, ਇੱਕ ਪੋਤਾ ਪੋਤੀ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ? ਕਰ ਰਹੀ ਆ ਜੀ, ਇਹ ਤਾਂ ਸਾਨੂੰ ਤਾਂ ਪਤਾ ਨਹੀਂ। ਤੁਹਾਡੇ ਕੋਲ ਡੈਡ ਬੋਡੀ ਆਈ ਹੈ, ਅਧਿਆਪਕ ਦੀ ਕੀ ਮਾਮਲਾ ਕੀ ਹੈ? ਜੀ, ਆਪਣੇ ਕੋਲ ਬੋਡੀ ਆਈ ਹੈ ਸਵੇਰੇ 11 ਵਜੇ ਦੇ ਆਸ ਪਾਸ ਅਤੇ ਪੇਸ਼ੈਂਟ ਦਾ ਨਾਮ ਹੈ ਸਾਹਿਬ ਸਿੰਘ, ਸਨ ਆਫ ਜਰਨੈਲ ਸਿੰਘ, ਇਹ ਮਲੇਰਕੋਟਲਾ ਦੇ ਰਹਿਣ ਵਾਲੇ ਆ ਅਤੇ ਲਗਭਗ ਸਵੇਰੇ 11 ਵਜੇ ਦੇ ਆਸ ਪਾਸ ਆਈ ਆ ਅਤੇ ਬੋਡੀ ਆਪਣੇ ਲਖਵਿੰਦਰ ਸਿੰਘ ਜੀ ਲੈ ਕੇ ਆਏ ਹਾਂ ਅਤੇ ਫਿਲਹਾਲ ਆਪਣੇ ਕੋਲ ਆਲਰੇਡੀ ਇੱਕ ਬੋਡੀ ਪਹਿਲਾਂ ਦੀ ਪਈ ਸੀਗੀ ਮੋਰਚਰੀ 'ਚ, ਇਸ ਕਰਕੇ ਬੋਡੀ ਨੂੰ ਆਪਾਂ ਸ਼ਿਫਟ ਕੀਤਾ ਰਾਮਬਾਗ 'ਚ ਅਤੇ ਜਿਵੇਂ ਪੇਪਰ ਪੁਲਿਸ ਪੇਪਰ ਆਉਣਗੇ ਉਸ ਤੋਂ ਬਾਅਦ ਆਪਾਂ ਪੋਸਟਮਾਰਟਮ ਸਟਾਰਟ ਕਰਦੇ ਹਾਂ। ਡੈਡ ਬੋਡੀ ਆਈ ਆ, ਉਹਦੇ ਕਿਸ ਤਰ੍ਹਾਂ ਦਾ ਨਿਸ਼ਾਨ ਕੀ ਲੱਗਿਆ ਹੋਇਆ? ਹਜੇ ਆਪਾਂ ਸਟਾਰਟ ਨਹੀਂ ਕੀਤਾ ਨਾ, ਚੰਗੀ ਤਰ੍ਹਾਂ ਦੇਖੀ ਨਹੀਂ ਹੈਗੀ, ਇੱਕ ਵਾਰ ਪੂਰਾ ਹੋ ਲੈਂਦਾ ਪੋਸਟਮਾਰਟਮ ਫਿਰ ਹੀ ਆਪਾਂ ਪੂਰੀ ਜਾਣਕਾਰੀ ਦੇ ਸਕਦੇ। ਸਰ, ਜਿਹੜੀ ਘਟਨਾ ਵਾਪਰੀ ਇਹਦੇ ਬਾਰੇ ਕੀ ਜਾਣਕਾਰੀ ਮਿਲੀ? ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਵਧੇਸੇ ਪਿੰਡ ਟੀਚਰ ਆ ਮੁੰਡਾ, ਮਲੇਰਕੋਟਲੇ ਦਾ ਰਹਿਣ ਵਾਲਾ ਸਾਹਿਬ ਸਿੰਘ, ਵੀ ਉਹ ਡਿੱਗਿਆ ਪਿਆ ਮੋਟਰਸਾਈਕਲ 'ਤੇ ਸੇਮ ਦੇ ਨਾਲੇ 'ਤੇ। ਜਦੋਂ ਜਾ ਕੇ ਮੌਕੇ 'ਤੇ ਵੇਖਿਆ ਤਾਂ ਉਹਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਸੀਗੀਆਂ ਅਤੇ ਉਹਦੀ ਡੈਥ ਹੋ ਗਈ ਸੀਗੀ। ਉਹਨੂੰ ਇੰਤਜ਼ਾਮ ਕਰਕੇ ਗੱਡੀ ਦਾ ਸਿਵਲ ਹੋਸਪਿਟਲ ਧੂਰੀ ਬਚਾਇਆ, ਫਿਰ ਉਹਦੇ ਫਾਦਰ ਸਾਹਿਬ ਦਾ ਬਿਆਨ ਲੈ ਕੇ 302 ਦਾ ਮੁਕੱਦਮਾ ਦਰਜ ਕਰਤਾ। ਬਾਕੀ ਅਸੀਂ ਅਗਲੀ ਤਫਤੀਸ਼ ਜਾਰੀ ਆ ਸਾਡੀ, ਜਲਦੀ ਤੋਂ ਜਲਦੀ ਜਿਹੜੇ ਜਿਹਨੇ ਵੀ ਕ੍ਰਾਈਮ ਕੀਤਾ ਹੈ ਉਹਨੂੰ ਗ੍ਰਿਫਤਾਰ ਕਰ ਲਾਂਗੇ। ਕੋਈ ਵਜ੍ਹਾ ਸਾਹਮਣੇ ਆ ਗਈ ਹੈ ਕਤਲ ਦੀ? ਨਹੀਂ, ਹਾਲੇ ਕੋਈ ਵਜ੍ਹਾ ਨਹੀਂ ਸਾਹਮਣੇ ਆਈ।